ਨਮਸਕਾਰ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਤਰਨਜੀਤ ਕੌਰ ਪਹਿਲਾਂ ਪੇਸ਼ ਨੇ ਚੋਣੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ 20 ਸਿਖਰ ਸਪੈਲਨ ਵਿੱਚ ਹਿੱਸਾ ਲੈਣ ਲਈ ਬ੍ਰਾਜ਼ੀਲ ਪਹੁੰਚੇ ਬ੍ਰਾਜ਼ੀਲ ਪਹੁੰਚਣ ਤੇ ਪ੍ਰਧਾਨ ਮੰਤਰੀ ਦਾ ਭਾਰਤੀ ਪ੍ਰਵਾਸੀਆਂ ਵੱਲੋਂ ਰਵਾਇਤੀ ਢੰਗ ਨਾਲ ਨਿੱਘਾ ਸਵਾਗਤ ਕੀਤਾ ਗਿਆ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਤੇ 20 ਨਵੰਬਰ ਨੂੰ ਹੋਣ ਜਾ ਰਹੀਆਂ ਜਿਮਨੀ ਚੋਣਾਂ ਲਈ ਚੋਣ ਪ੍ਰਚਾਰ ਬੰਦ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ타ਰਮਨ ਵੱਲੋਂ ਪਾਰਤੀ ਸਟੇਟ ਬੈਂਕ ਦੀ ਸ਼ਾਨਦਾਰ ਕਾਰਗੁਜ਼ਾਰੀ ਦੀ ਸ਼ਲਾਗਾ 5 ਸਾਲ 2024 ਦੇ ਅਨੁਮਾਨਿਤ 7% ਜੀਡੀਪੀ ਵਿਕਾਸ ਦਰ ਦੇ ਨਾਲ ਜੀ20 ਵਿੱਚ ਸਭ ਤੋਂ ਅੱਗੇ ਰਿਹਾ। ਦੇਵਜਰਾ ਪੰਜਾਬ ਹਾਕੀ ਲੀਗ ਦੀ ਰਸਮੀ ਸ਼ੁਰੂਆਤ ਅਜਲੰਦਰ ਕੈਂਟ ਦੇ ਟੋਚ ਐਸਟ੍ਰੋ ਟਰਫ ਹਾਕੀ ਸਟੇਡੀਅਮ ਵਿੱਚ ਹੋਈ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਾਜ਼ੀਲ ਦੇ ਰਿਓ ਡੀ ਜਨੇਰੀਓ ਵਿੱਚ ਹੋ ਰਹੇ 19ਵੇਂ ਜੀ20 ਸਿਖਰ ਸੰਮੇਲਨ ਵਿੱਚ ਸ਼ੀਸ਼ਾਨਣ ਲਈ ਸੰਮੇਲਨ ਵਾਲੀ ਥਾਂ ਤੇ ਪਹੁੰਚ ਗਏ ਨੇ ਇਸ ਸੰਮੇਲਨ ਵਿੱਚ ਕਈ ਵੱਡੇ ਨੇਤਾ ਤੇ ਕਈ ਸੰਸਥਾਵਾਂ ਦੇ ਆਗੂ ਵੀ ਉਸ ਥਾਂ ਤੇ ਪਹੁੰਚ ਗਏ ਨੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲਾ ਡਾ সিলਵਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਮੇਲਨ ਵਾਲੀ ਥਾਂ ਤੇ ਪਹੁੰਚਨ ਤੇ ਸਵਾਗਤ ਕੀਤਾ ਤੇ ਉਹਨਾਂ ਨਾਲ ਗੱਲਬਾਤ ਕੀਤੀ ਜ਼ਿਕਰਯੋਗ ਹੈ ਕਿ ਪਿਛਲੇ ਵਰੀ G20 ਸਿਖਰਸ ਮੇਲਨ ਪਾਰਤੀ ਪ੍ਰਦਾਨ ਕੀ ਹੇਠ ਹੋਇਆ ਸੀ ਇਸ ਤੋਂ ਪਹਿਲਾਂ ਤਿੰਨ ਦੇਸ਼ਾਂ ਦੇ ਦੌਰੇ ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਾਜ਼ੀਲ ਪਹੁੰਚੇ ਅਤੇ ਉੱਥੇ ਮੌਜੂਦ ਭਾਰਤੀ ਪ੍ਰਵਾਸੀਆਂ ਨੇ ਉਹਨਾਂ ਦਾ ਰਵਾਇਤੀ Hindu ਰੀਤੀ ਰਿਵਾਜਾਂ ਨਾਲ ਸ਼ਾਨਦਾਰ ਸਵਾਗਤ ਕੀਤਾ ਭਾਰਤੀ ਰਾਜਦੂ ਸ੍ਰੀ ਸ਼ਰੇਡੀ ਦੀ ਅਗਵਾਈ ਵਿੱਚ ਇੱਕ ਵਫ਼ਦ ਨੇ ਰਿਓ ਡੀ ਜਨੇਰੀਓ ਪਹੁੰਚਣ ਤੇ ਉਹਨਾਂ ਦਾ ਸਵਾਗਤ ਕੀਤਾ रियो डी जेनेरियो ਵਿੱਚ ਰਵਾਇਤੀ ਪਹਿਰਾਵੇ ਵਿੱਚ ਸਜੇ ਵੈਦਿਕ ਵਿਦਵਾਨਾਂ ਦੇ ਸਮੂਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿੱਚ ਸੰਸਕ੍ਰਿਤ ਦੇ ਸ਼ਲੋਕਾਂ ਦਾ ਉਚਾਰਨ ਕੀਤਾ ਇਸ ਮੌਕੇ ਔਰਤਾਂ ਵੱਲੋਂ ਰਵਾਇਤੀ ਕਪੜੇ ਪਾ ਕੇ ਗਰਬਾ ਨਾਚ ਕੀਤਾ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਐਕਸ ਤੇ ਲਿਖਿਆ कि जी20 ਸਮੇਲਨ ਵਿੱਚ ਸ਼ੀਸਾ ਲੈਂ ਲਈ ਬ੍ਰਾਜ਼ੀਲ ਦੇ ਰਿਓ ਡੀ ਜਨੇਰੀਓ ਵਿੱਚ ਮੈਂ ਪਹੁੰਚਿਆ ਜਿੱਥੇ ਸਿਖਰ ਸਮੇਲਨ ਵਿੱਚ ਹੋਣ ਵਾਲੀਆਂ ਚਰਚਾਵਾਂ ਅਤੇ ਵੱਖ-ਵੱਖ ਵਿਸ਼ਵ ਨੇਤਾਵਾਂ ਨਾਲ ਗੱਲਬਾਤ ਵੀ ਡੀ ਕਰ ਰਿਹਾ ਹਾਂ ਇੱਕ ਹੋਰ ਪੋਸਟ ਵਿੱਚ ਉਹਨਾਂ ਲਿਖਿਆ ਕਿ ਰਿਓ ਡੀ ਜਨੇਰੀਓ ਵਿੱਚ ਪਹੁੰਚਣ ਤੇ ਭਾਰਤੀ ਪਾਇਚਾਰੇ ਵੱਲੋਂ ਕੀਤੇ ਗਏ ਨਿੱਕੇ ਸਵਾਗਤ ਤੋਂ ਉਹ ਬਹੁਤ ਪ੍ਰਭਾਵਿਤ ਹੋਏ ਉਹਨਾਂ ਨੇ ਰਿਓ ਡੀ ਜਨੇਰੀਓ ਵਿੱਚ ਹੋਏ ਯਾਦਗਾਰੀ ਸਵਾਗਤ ਲਈ ਬ੍ਰਾਜ਼ੀਲ ਵਿੱਚ ਭਾਰਤੀ ਪਾਇਚਾਰੇ ਦੀ ਸ਼ਲਾਘਾ ਕੀਤੀ ਵਿਦੇਸ਼ ਮੰਤਰਾਲੇ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਬ੍ਰਾਜ਼ੀਲ ਵਿੱਚ ਭਾਰਤੀ ਸੰਸਕ੍ਰਿਤੀ ਤਰਮ ਪ੍ਰਦਰਸ਼ਨ ਕਲਾ ਤੇ ਦਰਸ਼ਨ ਵਿੱਚ ਬਹੁਤ ਦਿਲਚਸਪੀ ਹੈ ਜਿਕਯੋਗੀ ਕੇ ਵਿਰਧ ਮੰਤਰੀ ਮੋਦੀ ਨਾਜ਼ੀਰੀਆ ਤੋਂ ਸ਼ੁਰੂ ਹੋਈ ਤਿੰਨ ਦੇਸ਼ਾਂ ਦੇ ਦੌਰੇ ਦੀ ਦੂਜੇ ਪੜਾਅ ਦੇ ਹਿੱਸੇ ਵਜੋਂ ਅੱਜ ਬ੍ਰਾਜ਼ੀਲ ਪਹੁੰਚੇ ਨੇ ਉਹ ਇੱਥੇ ਜੀ20 ਲੀਡਰਾਂ ਦੇ ਸਮੇਲਨ ਵਿੱਚ ਸ਼ हिस्सा ਲੈ ਰਹੇ ਨੇ ਜੀ20 ਸਮੇਲਨ ਵਿੱਚ ਭਾਰਤ ਬ੍ਰਾਜ਼ੀਲ ਅਤੇ ਦੱਖਣੀ ਅਫਰੀਕਾ ਸ਼ਾਮਲ ਨੇ ਇਸ ਮੈਲਨ ਵਿੱਚ ਸ਼ਾਮਲ ਹੋਣ ਵਾਲੇ ਪ੍ਰਮੁੱਖ ਲੀਡਰਾਂ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜ਼ਿਨਪਿੰਗ ਅਤੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਸ਼ਾਮਲ ਨੇ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਆਪਣੀ ਯਾਤਰਾ ਦੇ ਆਖਰੀ ਭਾਗ 19 ਤੋਂ 21 ਨਵੰਬਰ ਤੱਕ ਗੁਆਨਾ ਦਾ ਦੌਰਾ ਕਰਨਗੇ ਜਿਸ ਕਾਰਨ ਇਹ ਕੀ 50 ਸਾਲਾਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਵੱਲੋਂ ਗੁਆਨਾ ਦੀ ਇਹ ਪਹਿਲੀ ਯਾਤਰਾ ਹੈ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਤੇ 20 ਨਵੰਬਰ ਨੂੰ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਲਈ ਅੱਜ ਸ਼ਾਮ ਤੋਂ ਚੋਣ ਪ੍ਰਚਾਰ ਬੰਦ ਹੋ ਗਿਆ ਹੈ ਰਾਂਸੀਆਸੀ ਪਾਰਟੀਆਂ ਨੇ ਆਪੋ ਆਪਣੇ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਪੂਰੀ ਵਾਰ ਲਗਾਈ ਵਿਧਾਨ ਸਭਾ ਹਲਕਿਆਂ ਬਰਨਾਲਾ ਗਿੱਦੜਪਾਹਾ ਡੇਰਾ ਬਾਬਾ ਨਾਨਕ ਅਤੇ ਚੱਬੀਵਾਲ ਵਿੱਚ ਵੋਟਾਂ ਪੈਣ ਗਿਆ ਇਨ੍ਹਾਂ ਚਾਰਾਂ ਹਲਕਿਆਂ ਵਿੱਚ 696000 ਵੋਟਰ ਆਪਣੀ ਜਮਹੂਰੀ ਹੱਕ ਦੀ ਵਰਤੋਂ ਕਰਨ ਲਈ ਰਜਿਸਟਰਡ ਨੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ 45 ਉਮੀਦਵਾਰ ਚੋਣ ਮੈਦਾਨ ਵਿੱਚ ਨੇ ਜਿਨ੍ਹਾਂ ਵਿੱਚ ਮਹਿਲਾ ਉਮੀਦਵਾਰਾਂ ਦੀ ਗਿਣਤੀ ਸਿਰਫ 2 ਹੀ ਹੈ ਡੇਰਾ ਪਾਪਾ ਨਾਨਕ ਅਤੇ ਗਿੱਦੜਬਾਹ ਹਲਕੇ ਤੋਂ 14 14 ਉਮੀਦਵਾਰ ਮੈਦਾਨ ਵਿੱਚ ਨੇ ਜਦ ਕਿ ਬਰਨਾਲਾ ਵਿੱਚ 11 ਤੇ ਚੱਬੇਵਾਲ ਵਿੱਚ ਸਿਰਫ 6 ਉਮੀਦਵਾਰ ਚੋਣ ਮੈਦਾਨ ਵਿੱਚ ਨੇ ਇਲਾਕਾ ਵਾਰ ਚੋਣ ਹਲਕਿਆਂ ਤੇ ਝਾਤ ਮਾਰੀਏ ਤਾਂ ਬਨਾਲਾ ਵਿੱਚ ਕੁੱਲ 1,70,000 ਰਜਿਸਟਰਡ ਵੋਟਰ ਨੇ ਜਿਨ੍ਹਾਂ ਵਿੱਚੋਂ ਐਸਸੀ ਵੋਟਰ 3.34 ਫੀਸਦੀ ਪੇਂਡੂ ਵੋਟਰ 37.12 ਫੀਸਦੀ ਅਤੇ ਸ਼ਹਿਰੀ ਵੋਟਰ 62.88 ਫੀਸਦੀ ਨੇ ਗੇਦਰਵਾਹਾ ਵਿੱਚ ਰਜਿਸਟਰ ভোটারਾਂ ਦੀ કુલ ਗਿਣਤੀ 1,68,000 ਜਿਨ੍ਹਾਂ ਵਿੱਚੋਂ ਐਸਸੀ ভোটার ਦੀ ਦਰ 37.6% ਤੇ ਪਿੰਡੂ ভোটারਾਂ ਦੀ ਗਿਣਤੀ 72.37% ਅਤੇ ਸ਼ਹਿਰੀ ভোটার 21.63% ਨੇ ਜਬੇਵਾਲ ਵਿੱਚ 1,89,000 ਰਜਿਸਟਰਡ ਵੋਟਰ ਨੇ ਇੱਥੇ ਐਸਸੀ ਵੋਟਦਾਰ 45.86% ਦੇ ਅਤੇ 100% ਪਿੰਡੂ ਵੋਟਰ ਨੇ ਜਦ ਕਿ ਡੇਰਾ ਬਾਬਾ ਨਾਨਕ ਵਿਖੇ ਕੁੱਲ 1,93,000 ਰਜਿਸਟਰਡ ਵੋਟਰ ਨੇ ਜਿਨ੍ਹਾਂ ਵਿੱਚੋਂ ਪਿੰਡੂ ਵੋਟਰ 95.65% ਨੇ ਅਤੇ ਸ਼ਹਿਰੀ ਵੋਟਰ ਸਿਰਫ 4.35% ਦੇ ਸਾਰੀਆਂ ਸੀਟਾਂ ਤੇ ਫਸਵੇਂ ਮੁਕਾਬਲੇ ਮੰਨੇ ਜਾ ਰਹੇ ਨੇ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਵਿੱਚ 2 ਨਵੰਬਰ ਨੂੰ ਜ਼ਿਮਰੀ ਚੋਣ ਹੋਣ ਜਾ ਰਹੀ ਹੈ ਗੁਰਦਾਸਪੁਰ ਜ਼ਿਲ੍ਹੇ ਦੇ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ 우ਮਾ ਸ਼ੰਕਰ ਗੁਪਤਾ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਵਿੱਚ ਪੂਰੀ ਤਰ੍ਹਾਂ ਨਾਲ ਆਜ਼ਾਦ ਸ਼ਾਂਤਮਈ ਤੇ ਨਿਰਪੱਖ ਮਾਹੌਲ ਵਿੱਚ ਪਾਰਦਰਸ਼ੀ ਢੰਗ ਨਾਲ ਚੋਣਾਂ ਕਰਵਾਈਆਂ ਜਾਣਗੀਆਂ ਜਿਸ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਨੇ ਉਨ੍ਹਾਂ ਦੱਸਿਆ ਕਿ ਡੇਰਾ ਬਾਬਾ ਨਾਨਕ ਵਿੱਚ ਕੁੱਲ 193376 ਵੋਟਰਨੀ ਅਤੇ ਹਲਕੇ ਵਿੱਚ 241 ਪੋਲਿੰਗ ਸਟੇਸ਼ਨ ਬਣਾਏ ਗਏ ਨੇ ਇਸ ਮੌਕੇ ਬਟਾਲਾ ਦੇ ਐਸਐਸਪੀ ਸੁਹੇਲ ਕਾਸਮ ਵੀਰ ਨੇ ਦੱਸਿਆ ਕਿ ਜ਼ਿੰਮੇਰੀ ਚੋਣ ਲਈ ਸਟ੍ਰੈਕਿਆ ਦੇ ਪੂਰਾ ਇੰਤਜ਼ਾਮ ਕੀਤੇ ਗਏ ਨੇ ਉਨਾ ਦਸਿਆ ਕਿ ਨਾ ਚੋਣਾ ਦੇ ਮੱਦੇਨਜ਼ਰ ਅਮਨ ਕਾਨੂੰਨ ਪ੍ਰਕਰਾਰ ਰੱਖਣ ਅਤੇ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਪੁਲਿਸ ਵੱਲੋਂ ਫਲੈਗ ਮਾਰਚ ਕੱਢੇ ਜਾ ਰਹੇ ਨੇ ਅਤੇ ਲੋੜ ਮੁਤਾਬਕ ਅਰਧ ਸੈਨਿਕ ਬਲਾਂ ਦੀਆਂ ਕੰਪਨੀਆਂ ਵੀ ਤਾਇਨਾਤ ਕੀਤੀਆਂ ਗਈਆਂ ਨੇ ਹਲਕੇ ਦੇ ਵਸਨੀਕ ਅਜੀਤ ਸਿੰਘ ਪਵਾਰ ਅਤੇ ਦਿਲਬਾਖ ਸਿੰਘ ਨੇ ਦੱਸਿਆ ਕਿ ਬਾਰਡਰ 'ਤੇ ਵਸੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪੇਸ਼ ਆ ਰਹੀਆਂ ਨੇ ਉਨ੍ਹਾਂ ਕਿਹਾ ਕਿ ਨਸ਼ਾ ਤੇ ਬੇਰੋਜ਼ਗਾਰੀ ਵਰਗੀਆਂ ਵੱਡੀਆਂ ਸਮੱਸਿਆਵਾਂ ਨਾਲ ਇਹ ਹਲਕਾ ਜੂਝ ਰਿਹਾ ਹੈ ਉਨਾਕੀ ਕਿਹਾ ਕਿ ਬੇਸ਼ੱਕ ਇਸ ਹਲਕੀ ਵਿੱਚ ਭਾਰਤ ਸਰਕਾਰ ਵੱਲੋਂ ਕੋਰੀਡੋਰ ਚਾਲੂ ਕਰਕੇ ਵੱਡਾ ਕੰਮ ਕੀਤਾ ਗਿਆ ਹੈ ਪਰ ਜੇ ਸਰਕਾਰਾਂ ਇਸ ਕੋਰੀਡੋਰ ਨੂੰ ਵਪਾਰਕ ਤੌਰ ਤੇ ਵਰਤਣ ਗਿਆ ਤਾਂ ਹੀ ਜ਼ਾ ਫਾਇਦਾ ਹੋ ਸਕਦਾ ਹੈ ਸੁਪਰੀਮ ਕੋਰਟ ਨੇ ਭਾਰਤ ਦੇ ਰਾਸ਼ਟਰਪਤੀ ਦੇ ਸਕੱਤਰ ਨੂੰ ਅਪੀਲ ਕੀਤੀ ਕਿ ਸਜ਼ਾ-ਏ-ਮੌਤ ਦੇ ਕੈਦੀ ਬਲਵੰਤ ਸਿੰਘ ਰਾਜਵਾਨਾ ਦੀ ਰਹਿਮ ਦੀ ਅਪੀਲ ਦਾ ਮਾਮਲਾ 2 ਹਫ਼ਤਿਆਂ ਦੇ ਅੰਦਰ-ਅੰਦਰ ਰਾਸ਼ਟਰਪਤੀ ਦੇ ਸਾਹਮਣੇ ਰੱਖਿਆ ਜਾਵੇ ਤੇ ਇਸ ਤੇ ਵਿਚਾਰ ਕਰਨ ਦੀ ਬੇਨਤੀ ਕੀਤੀ ਜਾਵੇ ਰਾਜਵਾਨਨ 1995 ਵਿੱਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬੀਨ ਸਿੰਘ ਦੀ ਹਤਿਆ ਦੇ ਮਾਮਲੇ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਪਾਲ ਸਰਕਾਰ ਦੇ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਮੰਤਰਾਲੇ ਦੇ ਜੁਆਇੰਟ ਸੈਕਟਰ ਰਾਹੁਲ ਕਪੂਰ ਨੇ ਖਰੜ ਵਿਖੇ ਕੇਂਦਰ ਸਰਕਾਰ ਦੀਆਂ ਸਕੀਮਾਂ ਦੀਨਦਿਆਲ ਅੰਤੋਦਿਆ ਯੋਜਨਾ ਨੈਸ਼ਨਲ ਅਰਬਨ ਲੀਵਲੀਹੂਡ ਮਿਸ਼ਨ ਯਾਨੀ ਡੇਨ ਹੁਲਾ ਮਤੇ ਪੀਐਮ ਸਵੈਨੀ ਦੀ ਸਪੰਦੀ ਲਗਾਏ ਕੇੈਂਪ ਦਾ ਮੁਆਇਨਾ ਕੀਤਾ। ਅਤੇ ਸਕੀਮਾ ਦੀ ਪ੍ਰਤੀਵਾਰੀ ਜਾਣਕਾਰੀ ਹਾਸਲ ਕੀਤੀ ਤਾਜਪੁਰ ਇਕਵੇਛੋਰ ਸੁਧਾਰਾਂ ਦੀ ਗੁੰਜਾਇਸ਼ ਬਾਰੇ ਵਿਚਾਰ ਕੀਤਾ ਜਾ ਸਕੇ ਇਸ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਇਹ ਸਕੀਮਾ ਸ਼ਹਿਰੀ ਖੇਤਰਾਂ ਲਈ ਨਹੀਂ ਅਤੇ ਸ਼ਹਿਰੀ ਗਰੀਬ ਲੋਕਾਂ ਖਾਸ ਕਰਕੇ ਮਹਿਲਾਵਾਂ ਨੂੰ ਮਜ਼ਬੂਤ ਬਣਾਉਣ ਲਈ ਕੇਂਦਰ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ ਇਸ ਮੌਕੇ ਮੁਹਾਲੀ ਦੇ ਵਿਧੇਕ ਡਿਪਟੀ ਕਮਿਸ਼ਨਰ ਵਿਰਾਜਾਸ ਤੇੜਕੇ ਅਤੇ ਖਰੜ ਦੇ ਐਸਜੀਐਮ ਗੁਰਮੰਦਰ ਸਿੰਘ ਵੀ ਹਾਜ਼ਰ ਸਨ। ਇਜਰਾਨ ਨਗਰ ਕੌਂਸਲ ਖਰੜ ਵੱਲੋਂ ਡੇਨ ਉਲਮ ਸਕੀਮ ਤਹਿਤ ਅਤੇ ਔਰਤਾਂ ਵੱਲੋਂ ਬਣਾਏ ਗਏ ਸੈਲਫ ਹੈਲਪ ਗਰੁੱਪਾਂ ਵੱਲੋਂ ਤਿਆਰ ਸਮਾਨ ਦੇ ਸਟਾਲ ਲਗਾਏ ਗਏ। ਪ੍ਰਧਾਨ ਮੰਤਰੀ ਆਵਾਸ ਯੋਜਨਾ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਸ਼ਹਿਰ ਵਾਸੀਆਂ ਨੂੰ ਜਾਗਰੂਕ ਕਰਨ ਲਈ ਸਟਾਲ ਲਗਾਏ ਗਏ। ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲੇਵਾਰੇ ਮੰਤਰੀ ਨਿਰਮਲਾ ਸੀਤਾਰਮਨ ਨੇ ਪਾਰਤੀ ਸਟੇਟ ਬੈਂਕ ਦੀ ਸ਼ਾਨਦਾਰ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ। ਮੁੰਬਈ ਵਿੱਚ ਪਾਰਤੀ ਸਟੇਟ ਬੈਂਕ ਦੀ ਮੁੱਖ ਸ਼ਾਖਾ ਕੰਪਲੈਕਸ ਦੇ ਸ਼ਤਾਬਦੀ ਸਮਾਰੋਹ ਵਿੱਚ ਵਿੱਤ ਮੰਤਰੀ ਨੇ ਕਿਹਾ ਕਿ ਇੰਪੀਰੀਅਲ ਬੈਂਕ ਆਫ ਇੰਡੀਆ ਬਣਾਉਣ ਲਈ ਤਿੰਨ ਪ੍ਰੈਜ਼ੀਡੈਂਸੀ ਬੈਂਕਾਂ ਦਾ ਰਲੇਵਾ ਕੀਤਾ ਗਿਆ ਸੀ ਜਿਹੜਾ ਅੱਜ ਪਾਰਤੀ ਸਟੇਟ ਬੈਂਕ ਬਣ ਚੁੱਕਿਆ ਹੈ। ਇਸ ਬੈਂਕ ਦੀਆਂ 1920 ਦੇ ਹਾਕੇ ਵਿੱਚ 250 ਬ੍ਰਾਂਚਾਂ ਸਨ ਅੱਜ ਪਾਰਤੀ ਸਟੇਟ ਬੈਂਕ ਦੀਆਂ 22500 ਤੋਂ ਵੱਧ ਸ਼ਾਖਾਵਾਂ 65000 ਏਟੀਐਮ 85000 ਬੈਂਕਿੰਗ ਕੋਰਸਪੋਂਡੈਂਟ ਅਤੇ 50000 ਤੋਂ ਵੱਧ ਗਾਹਕ ਨੇ ਉਨਾ ਕਿਹਾ ਕਿ ਭਾਰਤੀ ਸਟ੍ਰੀਟ ਬੈਂਕ ਫੋਰਚੂਨ 500 ਦੀ ਲਿਸਟ ਵਿੱਚ ਇਕਲੌਤਾ ਭਾਰਤੀ ਬੈਂਕ ਹੈ ਸੀਤਾਰਾਮਨ ਨੇ ਦੇਸ਼ ਵਿੱਚ ਡਿਜੀਟਲ ਬੈਂਕਿੰਗ ਨੂੰ ਵਿਦਾਉਨ ਅਤੇ ਇਸ ਦਾ ਵਿਕਾਸ ਕਰਨ ਲਈ ਵੀ ਭਾਰਤੀ ਸਟ੍ਰੀਟ ਬੈਂਕ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਇਹ ਬੈਂਕ ਹਰ ਰੋਜ਼ 2 ਕਰੋੜ ਯੂਪੀਆਈ ਲੈਣ-ਦੇਣ ਦਾ ਨਿਪਟਾਰਾ ਕਰ ਸਕਦਾ ਹੈ। ਉਹਨਾਂ ਨੇ ਇਸ ਮੌਕੇ ਇੱਕ ਯਾਦਗਾਰੀ ਸਿੱਕਾ ਵੀ ਜਾਰੀ ਕੀਤਾ। ਰਾਸ਼ਟਰੀ ਯੁਵਕ ਮੇਲਾ 2025 ਅਗਲੇ ਸਾਲ 11 ਤੇ 12 ਜਨਵਰੀ ਨੂੰ ਵਿਕਸਿਤ ਭਾਰ ਦੇ ਯੁਵਾ ਨੇਤਾਵਾਂ ਦੇ ਸੰਵਾਦ ਦੇ ਤੌਰ ਤੇ ਮਨਾਇਆ ਜਾਵੇਗਾ। ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਡਾਕਟਰ ਮਨਸੂਖ ਮਾਢਵਿਆ ਨੇ ਅੱਜ ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਦਾ ਐਲਾਨ ਕੀਤਾ। ਮਾਢਵਿਆ ਨੇ ਕਿਹਾ ਕਿ ਇਹ ਮੰਚ ਦੇਸ਼ ਦੀ ਯੁਵਾ ਸ਼ਕਤੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਗੱਲਬਾਤ ਕਰਨ ਅਤੇ ਆਪਣਾ ਦ੍ਰਿਸ਼ਟੀਕੋਣ ਪੇਸ਼ ਕਰਨ ਦਾ ਮੌਕਾ ਦੇਵੇਗਾ। ਮਾਢਵਿਆ ਨੇ ਕਿਹਾ ਕਿ ਸੰਵਾਦ ਦਾ ਮੰਤਵ ਦੇਸ਼ ਭਰ ਦੇ ਨੌਜਵਾਨਾਂ ਵਿੱਚ ਪ੍ਰਤਿਭਾ ਦੀ ਪਛਾਣ ਕਰਨਾ ਤੇ ਉਹਨਾਂ ਨੂੰ ਵਿਕਸਿਤ ਕਰਨਾ ਹੈ। ही उन्होंने विकसित भारत के लिए अपने दृष्टिकोण को सांझा करने वास्ते एक प्रभावशाली मंच प्रदान करना है उन्होंने कहा कि यह मंच नौजवानों अहम फैसले लैन वाले तो उगिया विश्व और राष्ट्रीय शख्सियत जोड़ेगा उन्होंने कहा कि इस संवाद देश के नौजवानों विकसित भारत के मोडी बनने में एक अहम भूमिका निभाएगा आदरणीय प्रधानमंत्री जी ने विकसित भारत का विजन दिया ए विकसित भारत के विजन में युवाओं का क्या सुझाव है युवा अपना कंट्रीब्यूशन कैसे अदा करे देश में विकसित भारत चैलेंज कंपटीशन आयोजित करके कुल मिला के दो दिन के लिए देश के तीन हजार यूथ भारत मंडपम में आएंगे भारत मंडपम में आने के बाद उसको वहां दो दिन का सेशन रहेगा अलग अलग सेशन रहेगा उसमें ग्लोबल एंड नेशनल उसमें उपस्थित रहेंगे माननीय प्रधानमंत्री जी भी इस कार्यक्रम डी पी विकास दर जी टी सब तो ने एक सोशल मीडिया पोस्ट कहा कि उपलब्धि भारत के मजबूत अर्थचारी उजागर कर, कर दी है जो वैश्विक चुनौतियां दे लचीलेपन तेज गति के विकास है ਦਿੱਲੀ ਸਰਕਾਰ ਦੇ ਸਾਬਕਾ ਮੰਤਰੀ ਅਤੇ ਨਜੀਵ ਕਰਤੂ ਵਿਦਾਇ ਕਹਿਲੋਤ ਅਸ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਈ। ਉਹਨਾਂ ਨੇ ਨਵੀਂ ਦਿੱਲੀ ਵਿੱਚ ਭਾਜਪਾ ਹੈੱਡਕੁਆਰਟਰ ਵਿਖੇ ਕੇਂਦਰੀ ਮੰਤਰੀ ਮਨੋਲ ਲਾਲ ਖੱਟਰ ਅਤੇ ਪਾਰਟੀ ਦੇ ਜਨਸਕর্তਾ ਦੁਸ਼ਯੰਤ ਗੋਤਮ ਦੀ ਮੌਜੂਦਗੀ ਵਿੱਚ ਪਾਰਟੀ ਦੀ ਮੈਂਬਰਸ਼ਿਪ ਪ੍ਰਾਪਤ ਕੀਤੀ। ਕਹਿਲੋਤ ਨੇ ਕਲਾਮ ਆਦਮੀ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਅਤੇ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਵਜਰਾ ਪੰਜਾਬ ਹਾਕੀ ਲਈ ਇੱਕ ਦੀ ਰਸਮੀ ਸ਼ੁਰੂਆਤ ਅਜਲੰਦਰ ਕੈਂਡੀ ਦੇ ਟੋਚ ਐਸਟ੍ਰਾਫ ਹਾਕੀ ਸਟੇਡੀਅਮ ਵਿੱਚ ਹੋਈ ਇਨਾ ਮੁਕਾਬਲਿਆਂ ਤੋਂ ਉਤਕਾਟਨ ਵਜਰਾ ਕੋਰ ਦੇ ਮੇਜਰ ਜਨਰਲ ਆਤੁਲ ਪਦੋਰੀਆ ਵੱਲੋਂ ਕੀਤਾ ਗਿਆ ਵਜਰਾ ਕੋਰ ਵੱਲੋਂ ਆਯੋਜਿਤ ਕੀਤੇ ਜਾ ਰਹੇ ਮੁਕਾਬਲੇ ਖੇਡਾਂ ਸਿਹਤਮੰਦ ਜੀਵਨ ਸ਼ੈਲੀ ਅਤੇ ਸਮਾਜਿਕ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਹੈ ਇਸ ਸੀਜ਼ਨ ਦੌਰਾਨ ਕੁੱਲ 16 ਟੀਮਾਂ ਹਿੱਸਾ ਲੈ ਰਹੀਆਂ ਨੇ ਜਿਹੜੇ ਕਿ ਨੌਕਆਊਟ ਦੇ ਆਧਾਰ ਤੇ ਕਰਵਾਏ ਜਾ ਰਹੇ ਨੇ ਉਦ்கਾਟਨ ਸਮਾਰੋਹ ਤੋਂ ਬਾਅਦ ਮੈਚ ਟ੍ਰਾਂ ਟੂਰਨਾਮੈਂਟ ਲਈ ਪ੍ਰਤੀਯੋਗੀਤ ਉਨਵਚਾਈ ਗਈ ਉਦ்கਾਟਨੀ ਸਮਾਰੋਹ ਦੌਰਾਨ ਜਲੰਧ ਦੇ ਵੱਖ-ਵੱਖ ਆਰਮੀ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਰਵਾਇਤੀ ਪੰਗੜਾ ਕਿੱਦਾ ਅਤੇ ਰਾਜਸਥਾਨੀ ਲੋਕਨਾਚਾਂ ਸਣੇ ਸ਼ਾਨਦਾਰ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਹਜ਼ਾਰਾਂ ਦਰਸ਼ਕਾਂ ਦਾ ਮਨ ਮੋਲਿਆ ਵਜਰਾ ਕੋਰ ਅਤੇ ਪਾਰਟੀ ਫੌਜ ਵੱਲੋਂ ਸਾਂਝੇ ਤੌਰ ਤੇ ਕਰਵਾਈ ਜਾ ਰਹੀ ਇਹ ਖੇਡ ਮੁਕਾਬਲੇ ਨਾ ਸਿਰਫ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਨੇ ਸਗੋਂ ਪੰਜਾਬ ਦੇ ਨੌਜਵਾਨਾਂ ਵਿੱਚ ਨਸ਼ਿਆਂ ਤੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਵਧਾਉਣ ਦਾ ਇੱਕ ਯਤਨ ਵੀ ਹੈ ਬਜਰਾ ਕੋ ਨਹੀਂ ਇਸ ਲੀਗ ਦੀ ਸ਼ੁਰੂਆਤ ਫੌਜ ਦੇ ਵਿਜ਼ਨ ਅਤੇ ਮਿਸ਼ਨ ਦੇ ਹਿੱਸੇ ਵਜੋਂ ਕੀਤੀ ਹੈ ਤਾਂ ਜੋ ਨਸ਼ਾ ਮੁਕਤ ਸੇਤ ਪ੍ਰਤੀ ਜਾਗਰੂਕ ਸਮਾਜ ਨੂੰ ਉਤਸ਼ਾਹਿਤ ਕਰਨ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਭਾਰਤੀ ਫੌਜ ਵਿੱਚ ਭਰਤੀ ਹੋਣ ਲਈ ਉਤਸ਼ਾਹਿਤ ਕੀਤਾ ਜਾ ਸਕੇ ਇਸ ਲੀਗ ਦੇ ਫਾਈਨਲ ਮੁਕਾਬਲੇ 3 ਨਵੰਬਰ ਨੂੰ ਕਰਵਾਏ ਜਾਣਗੇ ਖਬਰਾਂ ਦੇ ਬੁਲੇਟਿਨ ਸਾਢੇ 10 ਕਾਰਨ ਯੂ ਡੀ ਡੀ ਕੇ ਜਲੰਧਰ ਦੇ YouTube ਚੈਨਲ Facebook ਪੇਜ ਅਤੇ ਸੋਸ਼ਲ ਮੀਡੀਆ ਪਲੇਟਫਾਰਮ X ਤੇ ਵੀ ਦੇਖ ਸਕਦੇ ਨੇ ਐਬਿਲੀਟੀਆਂ ਦੇ ਅਖੀਰ ਵਿੱਚ ਸੁਣਵੀਆਂ ਖਬਰਾਂ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ T20 ਸਿਖਰਸ ਮੈਲੰਗ ਵਿੱਚ ਚੀਸਾ ਲੈਣ ਲਈ ਬ੍ਰਾਜ਼ੀਲ ਪਹੁੰਚੇ ਬ੍ਰਾਜ਼ੀਲ ਪਹੁੰਚਣ ਤੇ ਪ੍ਰਧਾਨ ਮੰਤਰੀ ਦਾ ਭਾਰਤੀ ਪ੍ਰਵਾਸੀਆਂ ਵੱਲੋਂ ਰਵਾਇਤੀ ਢੰਗ ਨਾਲ ਨਿੱਘਾ ਸਵਾਗਤ ਕੀਤਾ ਗਿਆ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਤੇ 20 ਨਵੰਬਰ ਨੂੰ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਲਈ ਚੋਣ ਪ੍ਰਚਾਰ ਬੰਦ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਪਾਰਤੀ ਸਟ੍ਰੀਟ ਬੈਂਕ ਦੀ ਸ਼ਾਨਦਾਰ ਕਾਰਗੁਜ਼ਾਰੀ ਦੀ ਸ਼ਲਾਗਾ ਭਾਰਤ ਸਾਲ 2024 ਦੇ ਅਨੁਮਾਨਿਤ 7% ਜੀਡੀਪੀ ਵਿਕਾਸ ਦਰ ਦੇ ਨਾਲ ਜੀ20 ਵਿੱਚ ਸਭ ਤੋਂ ਅੱਗੇ ਰਿਹਾ ਤੇ वजਰਾ ਪੰਜਾਬ ਹਾਕੀ ਲੀਗ ਦੀ ਰਸਮੀ ਸ਼ੁਰੂਆਤ ਅਜਲੰਦਰ ਕੈਂਡ ਦੇ ਕਟੋਚ ਐਸਟ੍ਰੋਟਰਫ ਹਾਕੀ ਸਟੇਡੀਅਮ ਵਿੱਚ ਹੋਈ ਦੀ ਦਿਨਾਲੀ ਖਬਰਾਂ ਦਾ ਬਲੀਟਨ ਖਤਮ ਹੁੰਦਾ ਹੈ ਇਸ ਸ਼ਾਸਤਿਓ ਨਮਸਕਾਰ